ਜਿਵੇਂ ਕਿ ਸਾਰੇ ਜਾਣਦੇ ਨੇ ਕਿ ਚਾਰ ਤਰ੍ਹਾਂ ਦਾ ਯੁੱਗ ਹੁੰਦਾ ਹੈ ਤੇ ਅੱਜ ਦਾ ਯੁੱਗ ਕਲਯੁੱਗ ਹੈ ਜਿਸ ਵਿੱਚ ਸਾਨੂੰ ਹਰ ਦਿਨ ਕੁਛ ਨਾ ਕੁਛ ਅਨੋਖਾ ਸੁਣਨ ਨੂੰ ਮਿਲਦਾ ਹੈ ਤੇ ਕੁਛ ਨਾ ਕੁਛ ਨਵੀਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਖਬਰ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। 67 ਸਾਲ ਦੇ ਬੁੱਢੇ ਨੇ ਕੀਤਾ 23 ਸਾਲ ਦੀ ਕੁੜੀ ਨਾਲ ਵਿਆਹ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਉਹਨਾਂ ਤਸਵੀਰਾਂ ਤੇ ਉਹਨਾਂ ਦੇ ਮੈਰਿਜ ਸਰਟੀਫਿਕੇਟ ਤੇ। ਸ਼ਮਸ਼ੇਰ ਸਿੰਘ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਕੁੜੀ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹੈ। ਜੋ ਵਿਟਨੈਸ ਦੀ ਗੱਲ ਕਰੀਏ ਤੇ ਉਹ ਵੀ ਸੰਗਰੂਰ ਦੇ ਹੀ ਰਹਿਣ ਵਾਲੇ ਨੇ। ਵਿਆਹ ਸ਼ਾਦੀ ਇੱਕ ਬਹੁਤ ਹੀ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਪਰ ਅੱਜ ਕੱਲ੍ਹ ਲੋਕਾਂ ਨੇ ਇਸਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਪਰ ਇਸ ਕਹਾਣੀ ਪਿੱਛੇ ਅਸਲੀ ਵਜ੍ਹਾ ਕੀ ਸੀ ਉਹ ਤੁਹਾਨੂੰ ਦੱਸ ਦਿੰਦੇ ਹਾਂ। ਸ਼ਮਸ਼ੇਰ ਸਿੰਘ ਦੇ ਮੁੰਡੇ ਦਾ ਡਿਵੋਰਸ ਕੇਸ ਮਨਪ੍ਰੀਤ ਨਾਮ ਦੀ ਕੁੜੀ ਨਾਲ ਚੱਲ ਰਿਹਾ ਹੈ ਜਿਸ ਕਾਰਨ ਉਹ ਆਪਣੀ ਪ੍ਰੇਮਿਕਾ ਨਵਪ੍ਰੀਤ ਕੌਰ ਨਾਲ ਹਲੇ ਵਿਆਹ ਨਹੀਂ ਸੀ ਕਰ ਸਕਦਾ। ਇਸ ਲਈ ਸ਼ਮਸ਼ੇਰ ਸਿੰਘ ਨੇ ਆਪਣੇ ਪੁੱਤਰ ਲਈ ਇੱਕ ਹੈਰਾਨ ਕਰਨ ਦੇਣ ਵਾਲਾ ਕਦਮ ਚੁੱਕਿਆ ਹੈ ਤੇ ਆਪਣੇ ਮੁੰਡੇ ਦੀ ਪ੍ਰੇਮਿਕਾ ਨਾਲ ਲੀਗਲੀ ਵਿਆਹ ਕਰਵਾ ਲਿਆ ਹੈ ਤੇ ਉਸ ਕੁੜੀ ਨੂੰ ਆਪਣੇ ਮੁੰਡੇ ਯਾਨੀ ਕਿ ਜਤਿੰਦਰ ਸਿੰਘ ਨੂੰ ਸੌਂਪ ਵੀ ਦਿੱਤਾ ਹੈ। ਵਿਰਾਸਤ ਖਾਲਸਾ ਆਉਣ ਵਾਲੇ ਸੈਲਾਨੀਆਂ ਲਈ ਚੰਗੀ ਖਬਰ ਹੈ। ਮੁਰੰਮਤ ਕਾਰਨ 31 ਜਨਵਰੀ ਤੱਕ ਬੰਦ ਰਹਿਣ ਤੋਂ ਬਾਅਦ ਵਿਰਾਸਤ ਖਾਲਸਾ ਨੂੰ 1 ਫਰਵਰੀ ਤੋਂ ਆਮ ਵਾਂਗ ਖੋਲ੍ਹ ਦਿੱਤਾ ਗਿਆ ਹੈ। ਵਿਰਾਸਤ ਖਾਲਸਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ 25 ਜਨਵਰੀ ਤੋਂ 31 ਜਨਵਰੀ ਤੱਕ ਵਿਰਾਸਤ ਖਾਲਸਾ ਮੁਰੰਮਤ ਲਈ ਬੰਦ ਕੀਤਾ ਗਿਆ ਸੀ ਜੋ ਆਮ ਦਿਨਾਂ 'ਚ ਨਹੀਂ ਕਰਵਾਈ ਜਾ ਸਕਦੀ। ਹੁਣ 1 ਫਰਵਰੀ ਤੋਂ ਯਾਨੀ ਕਿ ਅੱਜ ਤੋਂ ਵਿਰਾਸਤ ਖਾਲਸਾ ਆਮ ਵਾਂਗ ਖੋਲ੍ਹਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤ ਖਾਲਸਾ ਨੂੰ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਦਾ ਮਾਣ ਹਾਸਲ ਹੋਇਆ ਹੈ ਅਤੇ ਇਸਦਾ ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਵੀ ਦਰਜ ਹੋ ਚੁੱਕਾ ਹੈ। MDH ਮਸਾਲਿਆਂ ਬਾਰੇ ਸਭ ਨੇ ਸੁਣਿਆ ਹੀ ਹੋਇਆ ਹੈ ਅਤੇ ਕਈ ਇਹਨਾਂ ਦਾ ਉਪਯੋਗ ਵੀ ਕਰਦੇ ਨੇ। ਉਹਦੇ ਉੱਤੇ ਇੱਕ ਬਜ਼ੁਰਗ ਦੀ ਫੋਟੋ ਵੀ ਹੁੰਦੀ ਹੈ ਜਿਨ੍ਹਾਂ ਦਾ ਨਾਂ ਹੈ ਧਰਮਪਾਲ ਸਿੰਘ ਗੁਲਾਟੀ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅੱਜ ਮੈਂ ਉਹਨਾਂ ਬਾਰੇ ਗੱਲ ਕਿਉਂ ਕਰ ਰਹੀ ਹਾਂ ਤਾਂ ਦੱਸ ਦੇਵਾਂ ਕਿ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਰਕਾਰ ਨੇ ਆਖਿਰ ਇਹਨਾਂ ਨੂੰ ਪਦਮ ਭੂਸ਼ਣ ਕਿਉਂ ਦਿੱਤਾ। ਚਲੋ ਜੀ ਫਿਰ ਅੱਜ ਇਹਨਾਂ ਬਾਰੇ ਤੁਹਾਨੂੰ ਦੱਸ ਹੀ ਦਈਏ। 95 ਸਾਲ ਦੇ ਧਰਮਪਾਲ ਸਿੰਘ ਗੁਲਾਟੀ MDH ਗਰੁੱਪ ਦੇ CEO ਨੇ। ਪਿਛਲੇ ਸਾਲ ਉਹਨਾਂ ਨੂੰ 25 ਕਰੋੜ ਇਨ ਹੈਂਡ ਸੈਲਰੀ ਮਿਲੀ ਸੀ। ਦੱਸਣਯੋਗ ਹੈ ਕਿ ਗੁਲਾਟੀ ਆਪਣੀ ਸੈਲਰੀ ਦਾ 90% ਹਿੱਸਾ ਦਾਨ ਕਰ ਦਿੰਦੇ ਨੇ। CEO ਦੇ ਨਾਲ ਨਾਲ ਗੁਲਾਟੀ 20 ਸਕੂਲ ਅਤੇ 1 ਹੌਸਪੀਟਲ ਵੀ ਚਲਾ ਰਹੇ ਹਨ। MDH ਗਰੁੱਪ ਵਿੱਚ ਕੰਮ ਕਰਨ ਵਾਲੇ ਲੋਕ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਕੂਲ CEO ਕਹਿੰਦੇ ਨੇ। ਗੁਲਾਟੀ ਇੰਨੇ ਜ਼ਿਆਦਾ ਕੂਲ ਹਨ ਕਿ ਉਹ ਸਵੇਰੇ 4 ਵਜੇ ਉੱਠ ਕੇ ਪੰਜਾਬੀ ਬੀਟਸ ਉੱਤੇ ਡੰਬਲ ਵੀ ਕਰਦੇ ਨੇ। ਗੁਲਾਟੀ ਦਾ ਕਹਿਣਾ ਹੈ ਕਿ ਹਾਲੇ ਤਾਂ ਮੈਂ ਜਵਾਨ ਹਾਂ ਕਿਉਂਕਿ ਮੈਂ ਕਦੇ ਕੋਈ ਵੀ ਦੁੱਖ ਨਹੀਂ ਦੇਖਿਆ। ਵੱਡੀ ਤੋਂ ਵੱਡੀ ਪਰੇਸ਼ਾਨੀ ਸਹਿਣ ਕੀਤੀ ਹੈ ਪਰ ਮੈਂ ਕਦੀ ਆਪਣੇ ਮੱਥੇ 'ਤੇ ਸ਼ਿਕੰਜ ਨਹੀਂ ਆਉਣ ਦਿੱਤਾ। ਗੁਲਾਟੀ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਆਪਣੇ ਕੰਮ ਦਾ ਨਸ਼ਾ ਹੈ। ਜਦੋਂ ਵੀ ਉਹ ਕਿਤੇ ਬਾਹਰ ਜਾਂਦੇ ਨੇ ਤਾਂ ਬੱਚੇ ਅਤੇ ਬਜ਼ੁਰਗ ਉਹਨਾਂ ਨਾਲ ਸੈਲਫੀ ਲੈਣ ਲੱਗ ਜਾਂਦੇ ਨੇ, ਉਹਨਾਂ ਨੂੰ ਉਹ ਬਹੁਤ ਵਧੀਆ ਲੱਗਦਾ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਕਾਰਨ ਚੰਡੀਗੜ੍ਹ 'ਚ ਪਿਛਲੇ 3 ਦਿਨਾਂ ਤੋਂ ਸੀਤ ਲਹਿਰ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਸ਼ਹਿਰ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। 5 ਤੋਂ 6 ਫਰਵਰੀ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਰਿਹਾ ਹੈ ਜਿਸ ਕਾਰਨ ਬਾਰਿਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਜੇਕਰ ਸ਼ਹਿਰ 'ਚ ਬਾਰਿਸ਼ ਹੁੰਦੀ ਹੈ ਤਾਂ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਹੋਰ ਘੱਟ ਸਕਦਾ ਹੈ। IRCTC ਨੇ ਸਾਈਂ ਬਾਬਾ ਦੇ ਦਰਸ਼ਨ ਲਈ ਸ਼ਿਰੜੀ ਦਰਬਾਰ ਜਾਣ ਵਾਲੇ ਭਗਤਾਂ ਨੂੰ ਤੋਹਫ਼ਾ ਦਿੱਤਾ ਹੈ। ਹੁਣ IRCTC ਤੇ ਵੈਬਸਾਈਟ 'ਤੇ ਔਨਲਾਈਨ ਰੇਲ ਟਿਕਟ ਬੁੱਕ ਕਰਵਾਉਣ 'ਤੇ ਸ਼੍ਰੀ ਸਾਈਂ ਬਾਬਾ ਦੇ ਦਰਸ਼ਨ ਦੀ ਪਾਰਟੀ ਵੀ ਨਾਲ ਹੀ ਬੁੱਕ ਕਰਵਾਈ ਜਾ ਸਕੇਗੀ। IRCTC ਨੇ 26 ਜਨਵਰੀ ਤੋਂ ਇਸ ਸਹੂਲਤ ਨੂੰ ਲਾਂਚ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸ਼੍ਰੀ ਸਾਈਂ ਨਗਰ, ਕੌਂਪਰਗਾਓਂ, ਮਨਮਾਣ, ਨਾਸਿਕ ਅਤੇ ਨਗਰ ਸੋਸ਼ਲ ਸਟੇਸ਼ਨਾਂ ਦੀ ਔਨਲਾਈਨ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀ ਦਰਸ਼ਨ ਪਰਚੀ ਦੀ ਵੀ ਸਹੂਲਤ ਲੈ ਸਕਣਗੇ। IRCTC ਨੇ ਸ਼੍ਰੀ ਸਾਈਂ ਸੰਸਥਾ ਨਾਲ ਮਿਲ ਕੇ ਇਹ ਸਹੂਲਤਾਂ ਨੂੰ ਸ਼ੁਰੂ ਕੀਤਾ ਹੈ। ਇੱਕ ਬੰਦਾ ਹੋਵੇ ਪੰਜਾਬੀ ਅਤੇ ਦੂਜਾ ਸ਼ੌਂਕ ਨਵਾਬੀ ਤਾਂ ਉਸ ਸ਼ੌਂਕ ਨੂੰ ਪੂਰਾ ਹੋਣ 'ਤੇ ਕੋਈ ਰੋਕ ਨਹੀਂ ਸਕਦਾ। ਅਜਿਹਾ ਇੱਕ ਸ਼ੌਂਕ ਅੰਮ੍ਰਿਤਸਰ ਦੇ ਰਾਜੂ ਦਾ ਹੈ ਜੋ 7 ਕਰੋੜੀ ਝੋਟੇ ਯੁਵਰਾਜ ਦੇ ਪੁੱਤਰ ਰੁਸਤਮ ਨੂੰ ਪਾਲ ਰਿਹਾ ਹੈ। ਰਾਜੂ ਇਸ ਝੋਟੇ ਨੂੰ ਖਾਸ ਤੌਰ 'ਤੇ ਹਰਿਆਣਾ ਤੋਂ ਖਰੀਦ ਕੇ ਲਿਆਇਆ ਹੈ। ਪਸ਼ੂ ਪ੍ਰੇਮੀ ਰੁਸਤਮ ਦੇ ਦੀਵਾਨੇ ਹਨ ਅਤੇ ਪਸ਼ੂ ਮੇਲਿਆਂ 'ਚ ਵੀ ਰੁਸਤਮ ਦੀ ਧਾਕ ਹੈ। ਰੁਸਤਮ ਹੁਣ ਤੱਕ ਕਈ ਇਨਾਮ ਜਿੱਤ ਚੁੱਕਾ ਹੈ। ਲੋਕ ਇਸ ਦੀ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਨ ਪਰ ਰਾਜੂ ਪੁੱਤਾਂ ਵਾਂਗ ਪਾਲੇ ਰੁਸਤਮ ਨੂੰ ਵੇਚਣਾ ਨਹੀਂ ਚਾਹੁੰਦਾ। ਇਸ ਦੀ ਖੁਰਾਕ ਜਾਣ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਰੁਸਤਮ ਰੋਜ਼ਾਨਾ 20 ਕਿਲੋ ਦੁੱਧ, 10 ਕਿਲੋ
खल मक्खन ते देसी घ्यो खांदा है ते एक किलो तेल नाल इसकी मालिश की जाती है। एक पशु प्रेमी रणजीत सिंह इस झोटे लिए 5 लाख रुपए देने तक तैयार है, पर राजू रुस्तम नू वेचना ही नहीं चाहता। राजू का कहना है कि रुस्तम अजे 2.5 साल का है ते 6 साल की उम्र च यह जवान हो जाएगा, उस समय इसकी कीमत करोड़ों च होगी। फिलहाल रुस्तम ने 68 राजा तो भी घट नहीं हैं, इसनों देख के कोई भी बंदा ईरखा खा जाए। महाभारत पवित्र रिश्ता देवों के देव महादेव वर्गी सीरियल च नजर आने वाली मानसी शर्मा जल्द ही युवराज हंस नाल व्याह दे बंधन च बंधन वाली है। जी हाँ, हाल ही च दोवां दे व्याह दा कार्ड सोशल मीडिया ते वायरल हो गया है, जिस च लिखा है युवराज ते मानसी 21 फरवरी नूं व्याह दे बंधन च बंध रहे हैं। दस दिए कि युवराज हंस ने मानसी शर्मा की मंगनी पिछले साल फरवरी च हुई सी। दोवां दी मंगनी परिवारिक मैंबरां दी मौजूदगी च होई सी। दोवें लंबे समय तो एक दूजे नूं डेट कर रहे सन। युवराज हंस प्रसिद्ध पंजाबी गायक पद्म श्री हंस राज हंस दे पुत्तर सन। युवराज हंस खुद भी गाउंदे हन अते इस दे नाल अदाकारी दे खेतर च भी उन्हां ने काफ़ी नाम खट्टिया है। फाइनेंस कमीशन दे चेयरमैन NK सिंह अते अपने परिवार समेत पंजाब दे वित्त मंत्री मनप्रीत सिंह बादल अज सचखंड श्री हरिमंदर साहिब नमस्तक होने लई पुजे। इस मौके इलाही बाणी दा कीर्तन सुनन तो बाद सूचना अधिकारियों को श्री दरबार साहिब दे इतिहास बारे जानकारी ली। अपने परिवार नाल सचखंड श्री हरिमंदर साहिब विखे सुख शांति की अरदास करन तो बाद इत्थे आ के मेरे मन नूं शांति मिली है। श्री हरिमंदर साहिब दे अधिकारियों वल्लों जो मान सम्मान मैनूं मिलिया है मैं कदे नहीं भुल सकता। यह उपरला प्रगटावा NK सिंह ते मनप्रीत सिंह बादल ने किया। डिप्टी कमिश्नर श्री परनीत ने शुक्रवार को प्रेस बयान जारी करते दसिया कि होटलों बीयर बारा विच 25 साल तो घट उम्र के किसी भी व्यक्ति को शराब बीयर आदि का ना वेची जा सकती है अते ना ही वरताई जा सकती है। उन्होंने दसिया कि इस बारे लोगों को होर वधेरे जागरूक करने लई यह सूचना जिला बठिंडा के सारे बीयर बारा आदि उपर लिख के दर्शाई जाएगी। उन्होंने अगे हिदायत जारी की सी कि इस संबंधी नोटिस सूचना बारे सारे बीयर बारा के बाहर उत्ते यह लिख देना चाहिए है, जो किसी भी 25 तो घट उम्र के व्यक्ति को शराब मुहिम ना करवाई जा सके। ये सन हुण तक दे कुछ खास खबर, नवी ते ताज़िया खबर लैके फिर तो हाजिर होवांगे। तद तक लई देखते रहो ANV News। धन्यवाद।